ਮਿਊਜ਼ਿਕ ਇੰਡਸਟਰੀ 'ਚ ਕੁਝ ਗਾਇਕਾਂ ਦੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਫੈਨਜ਼ ਹਨ, ਪਰ ਇਹ ਫੈਨਜ਼ ਕਈ ਵਾਰੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਅਜਿਹਾ ਇਹ ਕੁਝ ਗਾਇਕ ਗੁਰੂ ਰੰਧਾਵਾ ਨਾਲ ਵੀ ਹੋਇਆ ਹੈ। ਗੁਰੂ ਰੰਧਾਵਾ ਬੀਤੇ ਦਿਨੀ ਆਪਣੀ ਟੀਮ ਨਾਲ ਜੋਧਪੁਰ ਪਹੁੰਚੇ ਸਨ। ਏਅਰਪੋਰਟ 'ਤੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਫੈਨਜ਼ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਗੁਰੂ ਰੰਧਾਵਾ ਦੇ ਬਾਹਰ ਆਉਂਦੇ ਹੀ ਉਹਨਾਂ ਦੇ ਫੈਨਜ਼ ਬੇਕਾਬੂ ਹੋ ਗਏ ਅਤੇ ਸੈਲਫੀਆਂ ਲੈਣ ਲਈ ਧੱਕਾ ਮੁੱਕੀ ਕਰਨ ਲੱਗੇ। ਇਸੇ ਦੌਰਾਨ ਗੁਰੂ ਰੰਧਾਵਾ ਦਾ ਇੱਕ ਸਿਰਫੇਰਾ ਪ੍ਰਸ਼ੰਸਕ ਆਇਆ ਅਤੇ ਵਾਰ ਵਾਰ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਾ। ਇੰਨਾ ਹੀ ਨਹੀਂ, ਇਹ ਵਿਅਕਤੀ ਗੁਰੂ ਰੰਧਾਵਾ ਦੇ ਬਾਡੀਗਾਰਡ ਨਾਲ ਵੀ ਭਿੜ ਗਿਆ। ਬਾਡੀਗਾਰਡ ਦੇ ਕਾਫ਼ੀ ਸਮਝਾਉਣ ਦੇ ਬਾਵਜੂਦ ਵੀ ਇਹ ਫੈਨਜ਼ ਸੈਲਫੀ ਲੈਣ ਲਈ ਜਿੱਦ 'ਤੇ ਅੜਿਆ ਰਿਹਾ। ਖ਼ਬਰਾਂ ਦੀ ਮੰਨੀਏ ਤਾਂ ਗੁਰੂ ਰੰਧਾਵਾ ਨੇ ਕੋਰੋਨਾ ਵਾਇਰਸ ਕਰਕੇ ਆਪਣੇ ਫੈਨਜ਼ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸ ਦਈਏ ਕਿ ਗੁਰੂ ਰੰਧਾਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਗਰੀਬੀ ਪ੍ਰਸ਼ੰਸਕ ਰੰਧਾਵਾ ਨਾਲ ਸੈਲਫੀ ਲੈਣ ਦੀ ਗੁਜਾਇਸ਼ ਕਰ ਰਿਹਾ ਹੈ, ਪਰ ਗੁਰੂ ਰੰਧਾਵਾ ਕਾਫ਼ੀ ਮੁਸ਼ਕਤ ਤੋਂ ਬਾਅਦ ਉੱਥੋਂ ਰਵਾਨਾ ਹੋ ਜਾਂਦੇ ਹਨ। ਦੱਸ ਦਈਏ ਕਿ ਗੁਰੂ ਰੰਧਾਵਾ ਨੇ ਆਪਣੇ ਗੀਤਾਂ ਨਾਲ ਨਾ ਸਿਰਫ ਬਾਲੀਵੁੱਡ 'ਚ ਆਪਣਾ ਨਾਂ ਬਣਾਇਆ ਹੈ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਨਾਂ ਕਮਾਇਆ ਹੈ।